ਪਿਛਲੀ ਵਾਰ ਦੀ ਚੈਂਪੀਅਨ ਹਨ। ਹਾਂਜੀ ਹਾਂਜੀ ਠੀਕ ਹੈ। ਇਸ ਮੱਝ ਨੇ ਉਦੋਂ 19 ਲੀਟਰ 400 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਹੈਗੀ ਮਨਦੀਪ ਸਿੰਘ ਮੋਤਲੇ ਦੀ ਮੱਝ, ਜਿਹੜੀ ਪਿਛਲੀ ਵਾਰ ਦੀ ਟਰੈਕਟਰ ਜੇਤੂ ਚੈਂਪੀਅਨ ਮੱਝ ਆਨੀ ਲੀਰਾ ਵਿੱਚ, ਇਹ ਮੱਝ ਖੜੀ ਹੈ ਤੁਸੀਂ ਦੇਖ ਸਕਦੇ। ਜਿਹੜੇ ਜਾਣਕਾਰ ਬੰਦੇ ਉਹਨਾਂ ਪੁੱਛ ਲੈਣਾ ਵੀ ਇਹ ਕਿਹੜੇ ਝੋਟੇ ਦਾ, ਬਾਕੀ ਸਾਰਾ ਕੁਝ ਡਿਜ਼ਾਈਨ ਕਰਾ ਕੇ ਫਿਰ ਦੱਸਾਂਗੇ ਜੀ ਕਿਹੜੇ ਝੋਟੇ ਦਾ ਜੀ। ਮਾਂ ਦੇ ਇਹਦੇ ਪੈਰ ਜਿਹੜੇ ਆ, ਹਾਂਜੀ, ਚਾਰ ਪੈਰ ਹੀ ਨਹੀਂ, ਮਤਲਬ ਥੋੜ੍ਹੀ ਜਿਹੀ ਐਵੇਂ ਮਗਲੇ ਪੈਰਾਂ ਦੇ ਵਾਈਟਨੈਸ ਆ ਅਤੇ ਕੱਟੀ ਨੇ ਵੇਖੋ ਕਿਨਾਲ ਦਾ ਮਾਂ ਦਾ ਬਲ ਆ ਉੱਤੇ ਸਿਰ ਦਾ, ਸਿਰਫ ਇੰਨਾ ਗੀ ਅਤੇ ਕੱਟੀ ਹੈ। ਇਹ ਮਤਲਬ ਵੱਡਾ ਕਾਰਨ ਹੁੰਦਾ ਵੀ ਬਹੁਤ ਸੋਹਣੀ ਆ ਜੀ। ਬਾਕੀ ਤੁਸੀਂ ਇੱਧਰ ਦੋ ਮੱਝਾਂ ਦੇਖ ਸਕਦੇ ਹੋ ਨੀਲੀ ਰਾਵੀ, ਇੱਧਰੋਂ ਅੰਮ੍ਰਿਤਸਰ ਏਰੀਏ ਤੋਂ ਮੱਝ ਦੇ ਵਿੱਚੋਂ ਆਈਆਂ ਮੰਗਾਂ, ਉਹ ਪਰਲੀ ਦਲਸੇਰ ਸਿੰਘ ਸਰਪੰਚ ਦੀ ਹੈਗੀ, ਅਤੇ ਇਹ ਹੈਗੀ ਹੈ ਮਨਦੀਪ ਸਿੰਘ ਮੋਤਲੇ ਦੀ ਮੱਝ, ਜਿਹੜੀ ਪਿਛਲੀ ਵਾਰ ਦੀ ਟਰੈਕਟਰ ਜੇਤੂ ਚੈਂਪੀਅਨ ਮੱਝ ਆਨੀ ਲੀਰਾ ਵਿੱਚ, ਇਹ ਮੱਝ ਖੜੀ ਹੈ ਤੁਸੀਂ ਦੇਖ ਸਕਦੇ। ਅਤੇ ਮਨਦੀਪ ਜੀ ਨੂੰ ਮਿਲਣ ਚ ਪਹੁੰਚੋ, ਸਾਡੇ ਵੱਲੋਂ ਸਵਾਗਤ ਹੈ ਜੀ। ਅਤੇ ਬਾਕੀ ਤੁਹਾਡੇ ਤੋਂ ਪ੍ਰੋਪਰ ਜਾਣਕਾਰੀ ਲੈਂਦੇ ਹਾਂ ਤੁਹਾਡੇ ਤੋਂ ਵੀ ਜਿਹੜੀ ਇਹ ਮੱਝ ਉਹੀ ਹੈ ਵੀ ਤੁਸੀਂ ਮੱਝ ਪਾਈ ਪਿਛਲੇ ਸਾਲ ਵਾਲੀ ਕਿ ਨਵੀਂ ਹੈ ਜੀ? ਪਿਛਲੀ ਵਾਰ ਦੀ ਚੈਂਪੀਅਨ ਹਨ। ਹਾਂਜੀ ਹਾਂਜੀ ਠੀਕ ਹੈ। ਇਸ ਮੱਝ ਨੇ ਉਦੋਂ 19 ਲੀਟਰ 400 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਐਰਕਾ ਫਿਰ ਅਗਲੇ ਸਾਲ 'ਚ ਉਸੇ ਟਾਈਮ 'ਤੇ ਪੂਰੇ ਪ੍ਰਬੰਧ ਟਾਈਮ 'ਤੇ ਸੂਈ ਮੱਝ ਜਿਹੜੀ ਹੈ ਮੇਲੇ ਵਿੱਚ ਹਾਜ਼ਰ ਆ। ਐਰਕਾ ਦੇ ਮੇਲੇ ਨੇ ਚਲੋ ਨਵਾਂ ਇੱਕ ਪਿਰਤ ਪਾਈ ਆ, ਨਾ ਕੋਈ ਨਾਲ ਅਤੇ ਨਾ ਕੋਈ ਆਪਣਾ ਕਾੜਾ ਦੇ ਸਕਦਾ ਬੱਚਿਆਂ ਨੂੰ ਨਾਲ ਦੇ ਨਾਲ। ਹੁਣ ਮੱਝ ਨੇ ਆਪਣਾ ਆਪ ਕੋਈ ਵੀ ਸੱਜਣਿਆ ਆਣ ਕੇ ਮਗਰ ਮਾਈ ਦੀ ਜਵਾਈ ਚੈੱਕ ਕਰ ਲਏ, ਠੀਕ ਹੈ, ਜਦੋਂ ਪੱਕੀਆਂ ਜਾਂ ਕੱਚੀਆਂ ਜਵਾਈਆਂ ਨੀਆਂ ਜਾਂ ਮਾਈ ਦੇ ਉੱਤੇ ਸਾਰੀ ਡਿਊਟੀ ਰੱਖ ਲਏ ਵੀ ਕੀ ਵੰਡ ਪਾਉਂਦੇ ਆ, ਕੀ ਚੀਜ਼ ਕਰਦੇ ਆ। ਸਿੰਪਲ ਵੰਡ ਦੇ ਉੱਤੇ ਚੱਲਣ ਡੀ ਆ, 9 ਕਿਲੋ ਦੇ ਲਗਭਗ ਵੰਡ ਪੈਣ ਡਿਆ ਵਾ, ਅਜੇ ਇੱਥੋਂ ਉੱਤੇ ਨਹੀਂ ਛੇੜਿਆ ਵੰਡ, ਇੰਨਾ ਹੀ ਪੈਣ ਡਿਆ। ਠੀਕ ਹੈ ਜੀ, ਇਹਨੂੰ ਸੱਜਣ ਚੈੱਕ ਕਰ ਲਏ, ਕੋਡ ਵਜੇਤਾ ਮੱਝ ਆ। ਸੂਈ ਨੂੰ ਦੁੱਧ ਵਾਲੀ ਮੱਝ ਆ ਜੀ। ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਜੀ? ਸੂਈ ਨੂੰ ਇਹਨੂੰ ਹੋ ਗਿਆ ਜੀ ਅੱਜ 26 ਦਿਨ, ਆ ਮੇਲੇ ਤੇ ਆ ਕੇ 1 ਮਹੀਨਾ ਹੋ ਗਿਆ। ਠੀਕ ਹੈ ਜੀ, ਇਹ ਮਤਲਬ ਤੁਸੀਂ ਫਿਰ ਮੇਲੇ ਦਾ ਕਰਕੇ ਉਹ ਹਿਸਾਬ ਨਾਲ ਕੱਢਣ ਕਰਾਈ ਆ? ਹਾਂਜੀ, ਗੱਬਣ ਜਦੋਂ ਬੋਲ ਪਈ ਆ ਜੀ, ਗੱਬਣ ਹੋ ਗਈ ਆ। ਠੀਕ ਆ ਜੀ, ਮੇਲੇ ਤੋਂ ਗਏ ਸੀ, ਹਾਂਜੀ, ਜਾਂਦੀ ਗੱਬਣ ਹੋ ਗਈ। ਹੋ ਗਈ ਮੇਲੇ ਕਿਉਂ ਕਰਾਂਗੇ ਵੀ ਜਾਂਦੇ ਫਿਰ ਬੜੀ ਬਣ ਗਈ। ਦੂਜੀ ਗੱਲ ਇਹ ਆ ਵੀ ਆਸ ਕਰਦੇ ਆ ਸ਼ਾਇਦ ਮੇਲੇ ਵਿੱਚ, ਚਲੋ ਅੱਗੇ ਪਰਮਾਤਮਾ ਦੇ ਹੱਥ ਹੁੰਦਾ ਵਾ, ਸ਼ਾਇਦ ਮੋਹਰਾ ਦੇ ਬਰਾਬਰ ਹੀ ਪਹੁੰਚੇ ਮੇਲੇ ਦੇ ਵਿੱਚ। ਨਹੀਂ, ਬਹੁਤ ਵਧੀਆ ਗੱਲ ਹੈ ਜੀ। ਠੀਕ ਹੈ ਜੀ, ਇਹਨੂੰ ਕੱਢਣਾ ਚਾਹੀਦਾ ਜੀ, ਕਿਉਂਕਿ ਆਪਣਾ ਪੰਜਾਬ ਦੀ ਬਰੀਡ ਆ। ਫਰਕ ਰਹਿ ਜੇ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਇਹ ਆ ਵੀ ਮੱਝ ਵਜੂਦ ਵਾਲੀ ਮਿਲ ਜਾਵੇ ਮੱਝ। ਠੀਕ ਹੈ, ਚੰਗੀਆਂ ਮੱਝਾਂ ਆਮ ਹੀ ਘੱਟ ਹੀ ਨਿਕਲ ਕੇ ਬਾਹਰ ਆਉਂਦੇ ਹਾਂ, ਇਹ ਬਹੁਤ ਵਧੀਆ, ਤੁਸੀਂ ਚੰਗੀ ਵਾਰ ਸਾਂਭੀ ਹੋਈ ਆ। ਅਤੇ ਬਾਕੀ ਸਾਰੇ ਬਾਈ ਮਨਦੀਪ ਨੂੰ ਜਾਂਦੇ, ਮਨਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੱਝ ਪ੍ਰਤੀ ਜੀ? ਬਹੁਤ ਵਧੀਆ ਵੀਰ ਜੀ, ਮੇਲੇ 'ਚ ਆਇਆ, ਖੁਸ਼ੀ ਬਹੁਤ ਆ, ਹਾਂਜੀ, ਵਧੀਆ ਪ੍ਰਬੰਧ ਹੈ। ਠੀਕ ਹੈ ਜੀ, ਅਤੇ ਜਿਵੇਂ ਕੈਮਰੇ ਕੁਮਰੇ ਲੱਗੇ ਅੱਗੇ ਨੂੰ ਕੈਮਰੇ ਵਧਾਏ ਹੋਏ ਆ, ਪਸ਼ੂ ਦਾ ਹਾਜ਼ਮਾ ਇੱਥੇ ਬੰਨ ਕੇ ਜ਼ਰੂਰੀ ਹੈ ਨਾ। ਹਾਂਜੀ, ਕਾਫੀ ਦੇਣਾ ਇਹਨੂੰ ਕੀ ਦੇਣਾ।
ਤੇ ਵੇਖੋ ਜੋ ਮਤਲਬ ਤਾਜ਼ੀ ਮਾਝਾ ਕਿੰਨਾ ਕਰਦੀ, 16 ਕਰਦੇ, 18, 20 ਕਰਦੇ, ਇਹਦੇ ਹੁਣ ਇਹਦੇ ਹੱਥ ਜਿੰਨਾ ਦੁੱਧ ਘਰ ਹੀ ਘੱਟ ਵੀ ਸਕਦੀ ਹੈ, ਠੀਕ ਹੈ ਜੀ। ਉਹ ਤਾਂ ਮੌਕੇ ਦਾ ਕੋਈ ਪਤਾ ਨਹੀਂ ਅਜੇ, ਇਹ ਕਿਹੜੇ ਬੋਲਦੀ ਹੈ ਜੀ? ਇਹ ਆਪਣਾ ਬੋਲਿਆ ਜੀ, ਉੱਧਰ ਲੋਕਲ ਬੋਲਿਆ। ਅੱਛਾ, ਇਹਦਾ ਆਹ ਚੈੱਕ ਕਰੋ ਜੀ, ਇਸ ਕੁਆਲਿਟੀ ਬਹੁਤ ਸਣੀ ਆ, ਅੱਖਾਂ ਦੀ ਮਾਰਕਿੰਗ ਆ ਮਾਂ ਦੇ, ਇਹਦੇ ਪੈਰ ਜਿਹੜੇ ਆ ਹਾਂਜੀ ਚਾਰ ਪੈਰ ਹੀ ਨਹੀਂ, ਮਤਲਬ ਥੋੜੀ ਜਿਹੀ ਐਵੇਂ ਮਗਲੇ ਪੈਰਾਂ ਦੇ ਵਾਈਟਨੈਸ ਆ। ਅੱਛਾ ਜੀ, ਤੇ ਕੱਟੀ ਨੇ ਵੇਖੋ ਕਿਨਾਂ ਦਾ ਮਾਂ ਦਾ ਬਾਲ ਆ ਉੱਤੇ ਸਿਰ ਦਾ, ਸਿਰਫ ਇੰਨਾ ਕੀ ਤੇ ਕੱਟੀ ਗੱਡੀ ਆ ਇਹ, ਤਾਂ ਮਤਲਬ ਵੱਡਾ ਕਾਰਨ ਨਹੀਂ ਹੁੰਦਾ ਵੀ ਇਹ ਬਹੁਤ ਸੋਹਣੀ ਆ ਜੀ, ਆ ਜੇ ਜਾਂ ਕੈਮਰਾ ਨਾਲ ਲੱਗੇ ਲੋ ਵੀ ਪ੍ਰੋਪਰ, ਜਿਹੜੇ ਜਾਣਕਾਰ ਬੰਦੇ ਉਹਨਾਂ ਪੁੱਛ ਲੈਣਾ ਵੀ ਇਹ ਕਿਹੜੇ ਝੋਟੇ ਦਾ, ਬਾਕੀ ਸਾਰਾ ਕੁਝ ਡਿਜ਼ਾਈਨ ਕਰਾ ਕੇ ਫਿਰ ਦੱਸਾਂਗੇ ਜੀ ਕਿਹੜੇ ਝੋਟੇ ਦਾ ਜੀ, ਦੱਸ ਦਾਂਗੇ ਕੋਈ ਗੱਲ। ਟੇਡੀਆਂ ਵੀ ਪਾਊਗਾ ਤੇ ਮੱਥੇ ਦੇ ਬਲ ਵੀ ਪਾਊਗਾ, ਪੈਰ ਚਵੇ ਚਾਰ ਕਾਲੇ ਚਿੱਟੇ ਵੀ ਕੱਢੂਗਾ, ਦੋ ਵੀ ਕੱਢੂਗਾ, ਤਿੰਨ ਵੀ ਤੇ ਚਾਰ ਪੈਰ ਵੀ ਕਾਲੇ ਕੱਢੂਗਾ, ਉਹ ਵੀ ਪਿਓਰ ਚ ਕੱਢੂਗਾ, ਪਿਓਰ ਦੇ ਕੱਢੂਗਾ। ਪ੍ਰਦਰਸ਼ਨ ਵੀ ਚੰਗਾ ਕਰਿਆ ਕਰਨਾ ਜੀ, ਕੋਈ ਖੁਦ ਬੱਚਾ ਆਪ ਚੌੜਾ ਆ ਜਮਲਾਈ ਤੇ ਬੱਚੀ ਵੀ ਉਹ ਜਿਹੀ ਚੰਗੀ ਪੈਦਾ ਕਰੂਗਾ। ਤੇ ਤੁਸੀਂ ਆਪਣਾ ਪਿੰਡ ਦਾ ਪ੍ਰੋਪਰ ਡਿਟੇਲ ਦੱਸੋ ਜੀ, ਤੁਹਾਡਾ ਪਿੰਡ ਅੰਮ੍ਰਿਤਸਰ ਦੇ ਵਿੱਚ ਆ, ਕਿਹੜੇ ਰੋਡ ਦੇ ਉੱਤੇ ਪਿੰਡ ਹੈ ਜੀ ਆਪਣਾ? ਜੀ ਮੇਰਾ ਪਿੰਡ ਹੈ ਰਾਜੀਆਂ ਤੇ ਭਲਾ ਪਿੰਡ ਸ਼ੂਗਰ ਮਿਲ ਦੇ ਸਾਹਮਣੇ ਆ, ਠੀਕ ਹੈ ਜੀ। ਤੇ ਸਾਨੂੰ ਇਹਦਾ ਇਹ ਵੀਰ ਦਾ ਪਿੰਡ ਮੋਤਲਾ ਵਾ, ਮੋਤਲਾ ਨਾਲੇ ਤੋਂ ਥੋੜ੍ਹਾ ਟੱਪ ਗਿਆ ਸਾਡੇ, ਜਾਣੀ ਕਿ ਅੰਮ੍ਰਿਤਸਰ ਸਾਨੂੰ 40 ਕਿਲੋਮੀਟਰ ਆ ਤੇ ਲਾਹੌਰ ਸਾਨੂੰ 25 ਕਿਲੋਮੀਟਰ ਆ। ਚੰਗੀ ਬਾਰਡਰ ਬੈਲਟ ਵਾਲੀ, ਬਾਰਡਰ ਏਰੀਆ ਪਿਆ ਬਾਰਡਰ ਬੈਲਟ ਵਾਲੀ, ਬਾਰਡਰ ਨਾਲ ਬਿਲਕੁਲ ਸਾਡੇ। ਓਕੇ, ਠੀਕ ਹੈ ਜੀ, ਠੀਕ ਹੈ, ਹਾਂਜੀ, ਧੰਨਵਾਦ ਤੁਹਾਡਾ ਜੀ ਇਨੀ ਜਾਣਕਾਰੀ ਦੇਣ ਲਈ, ਸਾਡੇ ਚੈਨਲ ਦੇ ਸਰੋਤਿਆਂ ਦਾ ਧੰਨਵਾਦ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਧੰਨਵਾਦ।